ਸੁਤ ਮਰਦਨ ਦਾ ਵਿਸ਼ਾ ਹੈ ਹਾਰ ਵਿੱਚੋਂ ਵੀ ਜਿੱਤ ਜਿੱਤ ਪ੍ਰਾਪਤ ਕਰਨ ਦਾ ਦ੍ਰਿੜ ਨਿਸ਼ਚਾ ਇੱਕ ਜੈ ਜੀਜ਼ ਹੈ ਜਿਦੇ ਦੁਆਰਾ ਬੁਰੀ ਤਰ੍ਹਾਂ ਹਾਰੇ ਹੋਏ ਹਾਲਾਤ ਵਿੱਚੋਂ ਵੀ ਮਨੁੱਖ ਜਿੱਤ ਦਾ ਰਸਤਾ ਕਾਢ ਹੀ ਲੈਂਦਾ ਹੈ ਜਿੰਨੇ ਵੀ ਵੱਡੇ ਲੋਕ ਅੱਜ ਤੱਕ ਸੰਸਾਰ 'ਚ ਹੋ ਚੁੱਕੇ ਹਨ ਉਹਨਾਂ ਦੀ ਸਫਲਤਾ ਦਾ ਰਾਹ ਸਹੀ ਰਿਹਾ ਕਿ ਉਹਨਾਂ ਨੇ ਕਦੀ ਕਿ ਹੋ ਜਈ ਵੀ ਹਾਲਾਤ ਵਿੱਚ ਹਾਰ ਸਵੀਕਾਰ ਨਹੀਂ ਕੀਤੀ ਤੁਹਾਡਾ ਤੀਤ ਚਾਹੇ ਕਿੰਨਾ ਹਨੇਰਾ ਰਿਆ ਹੋਵੇ ਚਾਹੇ ਜਿੰਨੀਆਂ ਨਿਰਾਸ਼ਾਵਾਂ ਮਿਲੀਆਂ ਹੋਣ ਚਾਹੇ ਹਰ ਕਦਮ ਤੇ ਤੁਸੀਂ ਮੂੰਹ ਦੀ ਖਾਦੀ ਹੋਵੇ ਇੱਥੋਂ ਤੱਕ ਵੀ ਸੰਭਵ ਹੈ ਕਿ ਤੁਹਾਨੂੰ ਕਿਸੇ ਵੀ ਕੰਮ 'ਚ ਸਫਲਤਾ ਨਾ ਮਿਲੀ ਹੋਵੇ ਤਾਂ ਵੀ ਕੋਈ ਕਾਰਨ ਨਹੀਂ ਕਿ ਤੁਸੀਂ ਨਿਰਾਸ਼ ਹੋ ਕੇ ਬੈਠ ਜਾਓ ਜਿੱਤ ਦੀ ਕਾਮਨਾ ਕਰਨਾ ਛੱਡ ਦਿਓ ਜੋ ਵਿਅਕਤੀ ਹਮੇਸ਼ਾ ਆਪਣੀਆਂ ਅਸਫਲਤਾਵਾਂ ਦੇ ਬਾਰੇ ਸੋਚਦਾ ਰਹਿੰਦਾ ਹੈ ਉਹ ਘਟਿਆ ਆਦਮੀ ਹੈ ਉਹਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਠੀਕ ਹੈ ਕਿਸੇ ਵਿਸ਼ੇਸ਼ ਕਾਰਨ ਨਾਲ ਤੁਹਾਨੂੰ ਪਹਿਲਾਂ ਉਹ ਕੁਝ ਪ੍ਰਾਪਤ ਨਾ ਹੋ ਸਕਿਆ ਹੋਵੇ ਜੋ ਤੁਸੀਂ ਚਾਹੁੰਦੇ ਸੀ ਜਾਂ ਤੁਸੀਂ ਕਾਰੋਬਾਰ 'ਚ ਆਪਣਾ ਪੂਰਾ ਧਨ ਖੋਹ ਦਿੱਤਾ ਹੋਵੇ ਜਾਂ ਤੁਹਾਡੇ ਮਿੱਤਰ ਤੇ ਸਬੰਧੀ ਤੁਹਾਡੇ ਨਾਲ ਰੁੱਸ ਗਏ ਹੋਣ ਹੁਣ ਤੁਸੀਂ ਬਿਲਕੁਲ ਹੀ ਇਕੱਲੇ ਰਹਿ ਗਏ ਹੋ ਪਰ ਕੋਈ ਘਰ ਘਾਟ ਨਾ ਰਹਿ ਗਿਆ ਹੋਵੇ ਜਾਂ ਕੋਈ ਆਪਣਾ ਰਹਿ ਕਹਿਣ ਨੂੰ ਵੀ ਨਾ ਬਚਿਆ ਹੋਵੇ ਸਰੀਰਕ ਰੂਪ 'ਚ ਵੀ ਤੁਸੀਂ ਚਾਹੇ ਕਿੰਨੇ ਵੀ ਬਿਮਾਰ ਤੇ ਕਮਜ਼ੋਰ ਹੋ ਗਏ ਹੋਵੋ ਤੇ ਲੱਗਣ ਲੱਗੇ ਕਿ ਤੁਸੀਂ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਰਹਿਗੇ ਪਰ ਇਹਨਾਂ ਸਾਰੀਆਂ ਮਾਇੂਸੀਆਂ ਦੇ ਬਾਵਜੂਦ ਜੇ ਤੁਹਾਡੇ ਮਨ 'ਚ ਕਿਤੇ ਭਾਵਨਾ ਹੈ ਕਿ ਹਾਰ ਨਹੀਂ ਮੰਨੋਗੇ ਤਾਂ ਕੋਈ ਕਾਰਨ ਨਹੀਂ ਕਿ ਅਖੀਰ ਜਿੱਤ ਦਾ ਸੇਰਾ ਤੁਹਾਡੇ ਸਿਰ 'ਤੇ ਨਾਮ ਬੰਨਿਆ ਜਾਵੇ ਵਿਸ਼ਵ ਵਿਜੇਤਾ ਨਿਪੋਲੀਅਨ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਨਿਪੋਲੀਅਨ ਦਾ ਕਹਿਣਾ ਸੀ ਕਿ ਅਸੰਭਵ ਸ਼ਬਦ ਮੂਰਖਾਂ ਦੇ ਸ਼ਬਦਕੋਸ਼ ਵਿੱਚ ਹੁੰਦਾ ਹੈ ਤੇ ਉਹ ਮੰਨ ਕੇ ਚੱਲਦਾ ਸੀ ਕਿ ਦੁਨੀਆਂ ਦਾ ਜਿਆ ਕੋਈ ਕੰਮ ਨਹੀਂ ਜੋ ਇਨਸਾਨ ਨਾ ਕਰ ਸਕੇ ਇੱਕ ਵਾਰ ਦਾ ਜ਼ਿਕਰ ਹੈ ਨਪੋਲੀਅਨ ਦੇ 12000 ਸੈਨਿਕ ਆਸਟਰੀਆ ਦੇ 75000 ਸੈਨਿਕਾਂ ਦੁਆਰਾ ਘੇਰ ਲਏ ਗਏ ਅਜਿਹੇ ਮੌਕੇ ਤੇ ਨਪੋਲੀਅਨ ਨੇ ਆਪਣੇ ਸੈਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਲਾਹਨਤ ਹੈ ਤੁਹਾਡੇ ਲੋਕਾਂ ਤੇ ਜੋ ਘਿਰ ਗਏ ਤੇ ਉਹਨਾਂ ਨੂੰ ਖਦੇੜ ਨਹੀਂ ਸਕੇ ਇਸ ਤੇ ਉਹਦੇ ਕੁਝ ਪ੍ਰਮੁੱਖ ਲੋਕਾਂ ਨੇ ਅੱਖਾਂ ਛਾਂਜੂ ਪਰ ਕੇ ਕਿਹਾ ਸੀ ਤੁਸੀਂ ਸਾਨੂੰ ਗਲਤ ਨਾ ਸਮਝੋ ਅਸੀਂ ਕੀ ਕਰ ਸਕਦੇ ਸੀ ਸਾਨੂੰ ਇੱਕ ਵਾਰ ਹੋਰ ਮੌਕਾ ਦਿਓ ਇਹ ਤੋਂ ਵੀ ਜ਼ਿਆਦਾ ਖਤਰਨਾਕ ਮੋਰਚੇ ਉਤੇ ਭੇਜੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਸਾਡੇ ਪ੍ਰਤੀ ਇਹ ਧਾਰਨਾ ਬਦਲ ਸਕੇ ਆਖਰ ਹੋਇਆ ਵੀ ਐਸਾ ਹੀ ਅਗਲੇ ਮੋਰਚੇ 'ਚ ਉਹਨਾਂ ਹੀ ਸੈਨਿਕਾਂ ਨੇ ਆਪਣੇ ਨਾਲੋਂ ਚੌਗਣੀ ਸੈਨਾ ਨੂੰ ਖਦੇੜ ਦਿੱਤਾ ਜੋ ਵਿਅਕਤੀ ਇਹ ਸੋਚ ਕੇ ਹਿੰਮਤ ਹਾਰ ਬੈਠਦਾ ਵੀ ਇੱਕ ਵਾਰੀ ਭੁੱਲ ਹੋ ਗਈ ਹੁਣ ਪਤਾ ਨਹੀਂ ਮੈਂ ਇਹਨੂੰ ਠੀਕ ਕਰ ਪਾਵਾਂਗਾ ਕਿ ਨਹੀਂ ਉਹ ਬਹੁਤ ਕਮਜ਼ੋਰ ਆਦਮੀ ਹੁੰਦਾ ਹੈ ਅਸਲ 'ਚ ਤੁਹਾਡੇ ਪੁਰਸ਼ ਤਵਦੀ ਤੇ ਤੁਹਾਡੀ ਮਰਦਾਨਗੀ ਦੀ ਸਭ ਤੋਂ ਵੱਡੀ ਜਾਂਚ ਉਦੋਂ ਹੁੰਦੀ ਹੈ ਜਦੋਂ ਤੁਸੀਂ ਸਭ ਕੁਝ ਖੋ ਬੈਠਦੇ ਹੋ ਐਸੇ ਸਮੇਂ ਜੇ ਤੁਸੀਂ ਹਿੰਮਤ ਹਾਰ ਕੇ ਬੈਠ ਜਾਓ ਮਨੁੱਖੋ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਬਰਬਾਦ ਹੋ ਚੁੱਕੇ ਹੋ ਤਾਂ ਫਿਰ ਵਾਸਤਵ ਚ ਸੰਸਾਰ ਦੀ ਕੋਈ ਸ਼ਕਤੀ ਤੁਹਾਨੂੰ ਬਰਬਾਦੀ ਤੋਂ ਨਹੀਂ ਬਚਾ ਸਕੇਗੀ ਤੇ ਭਗਵਾਨ ਵੀ ਚਾਹੇ ਤਾਂ ਤੁਹਾਨੂੰ ਉਠਾ ਨਹੀਂ ਸਕਦਾ ਲੇਕਿਨ ਜੇ ਅਜਿਹੇ ਹਾਲਾਤ ਵਿੱਚ ਤੁਸੀਂ ਮਨ ਮਜ਼ਬੂਤ ਕਰਕੇ ਸੀਨਾ ਧਾਣ ਕੇ ਆਪਣੀ ਹਰ ਹਾਰ ਨੂੰ ਤੱਕ ਸਕਦੇ ਹੋ ਤੋ ਸਮਝ ਲਓ ਤੁਹਾਡੇ ਅੰਦਰ ਦੇ ਮਨੁੱਖ ਦਾ ਹਲੇ ਕੁਝ ਨਹੀਂ ਵਿਗੜਿਆ ਤੁਸੀਂ ਸਭ ਕੁਝ ਕਰ ਸਕਦੇ ਹੋ ਅਜਿਹਾ ਵੀ ਹੋ ਸਕਦਾ ਹੈ ਤੁਸੀਂ ਸੋਚੋਗੇ ਤੁਸੀਂ ਕਿਉਂਕਿ ਬਹੁਤ ਵਾਰ ਫੇਲ ਹੋ ਚੁੱਕੇ ਹੋ ਹੁਣ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਏਗਾ بار بار ਗਿਰ ਕੇ ਤੁਹਾਡੇ ਸਾਹਸ ਦੇ ਗੋਡੇ ਟੁੱਟ ਚੁੱਕੇ ਹੋਣ ਫਿਰ ਵੀ ਕੋਈ ਨਾ ਕੋਈ ਰਸਤਾ ਐਸਾ ਬਾਕੀ ਰਹਿਦਾ ਹੈ ਜੋ ਤੁਹਾਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਲੈ ਜਾਂਦਾ ਹੈ ਇਸ ਲਈ ਇਹ ਗੱਲ ਬੇਮਾਇਨੀ ਹੈ ਕਿ ਤੁਸੀਂ ਕਿੰਨੀ ਦਫਾ ਤੇ ਕਿਵੇਂ-ਕਿਵੇਂ ਹਾਰ ਚੁੱਕੇ ਹੋ ਸਾਰਥਕਤਾ ਸਿਰਫ ਇਹ ਹੈ ਕਿ ਤੁਹਾਡੇ ਮਨ ਚੋਂ ਨਾ ਹਾਰਾਂ ਦੇ ਵਿੱਚੋਂ ਵੀ ਜਿੱਤ ਪਾਉਣ ਦੀ ਇੱਛਾ ਬਾਕੀ ਹੈ ਕਿ ਨਹੀਂ ਜੋ ਹਿੰਮਤ ਹਾਰਨਾ ਨਹੀਂ ਜਾਣਦਾ ਉਹਦੇ ਲਈ ਕਿਸੇ ਵੀ ਹਾਰ ਦਾ ਅਸਤਿਤਵ ਨਹੀਂ ਕਿਉਂਕਿ ਉਹਦਾ ਚਰਿੱਤਰ ਹੀ ਨਾ ਉੱਚਾ ਹੁੰਦਾ ਉਸ ਆਤਮ ਸਨਮਾਨ ਦੀ ਭਾਵਨਾ ਇੰਨੀ ਪਰਬਲ ਹੁੰਦੀ ਹੈ ਉਹ ਖੁਦ ਨੂੰ ਹਾਰਿਆ ਹੋਇਆ ਸਵੀਕਾਰ ਕਰ ਹੀ ਨਹੀਂ ਸਕਦਾ ਇਸ ਲਈ ਜੇ ਤੁਸੀਂ ਅਜਿਹੀ ਮਿੱਟੀ ਦੇ ਬਣੇ ਹੋਇਓ ਜੋ ਸਿਰਫ ਜਿੱਤਣਾ ਹੀ ਜਾਣਦੀ ਆ ਤਾਂ ਵਿਸ਼ਵਾਸ ਰੱਖੋ ਸਾਰੀ ਬਦਕਿਸਮਤੀ ਸਾਰੀਆਂ ਹਾਰਾਂ ਹਾਰ ਕੇ ਤੁਹਾਡੇ ਕੋਲੋਂ ਹਟ ਜਾਣਗੀਆਂ ਤੁਹਾਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਕੇ ਛੱਡ ਜਾਣਗੀਆਂ ਵਾਸਤਵਚ ਹਾਰ ਹੀ ਉਹ ਸ਼ਕਤੀ ਹੁੰਦੀ ਆ ਜੋ ਮਨੁੱਖ ਦੇ ਨਿਸ਼ਚਿਆਂ ਨੂੰ ਮਜ਼ਬੂਤ ਬਣਾਉਂਦੀ ਐ ਤੇ ਅਖੀਰ ਨੂੰ ਅਜਿਤ ਕੋਸ਼ੇਤ ਕਰ ਦਿੰਦੀ ਐ ਕੁਝ ਲੋਕ ਅਜੇ ਵੀ ਹੁੰਦੇ ਐ ਜੋ ਅੱਧੀ ਜ਼ਿੰਦਗੀ ਤੱਕ ਤਾਂ ਬੜੇ ਆਰਾਮ ਨਾਲ ਚੱਲਦੇ ਆ ਹਰ ਚੀਜ਼ ਠੀਕ ਠਾਕ ਰਹਿੰਦੀ ਹੈ ਜਦੋਂ ਤੱਕ ਉਹਨਾਂ ਦੀ ਧਨ ਸੰਪਤੀ ਮਿੱਤਰ ਤੇ ਮਾਣ ਪ੍ਰਤਿਸ਼ਠਾ ਵਧਦੀ ਰਹਿੰਦੀ ਹੈ ਉਦੋਂ ਤੱਕ ਤਾਂ ਲੱਗਦਾ ਹੈ ਉਹਨਾਂ ਦਾ ਚਰਿੱਤਰ ਬੜਾ ਠੋਸ ਹੈ ਉਹ ਬਹੁਤ ਸੰਤੁਲਿਤ ਮਨ ਦੇ ਵਿਅਕਤੀ ਹਨ ਲੇਕਿਨ ਜਿਉਂ ਹੀ ਕਿਤੇ ਕੋਈ ਗੜਬੜ ਪੈਦਾ ਹੋ ਜਾਂਦੀ ਹੈ ਕੋਈ ਤਕਲੀਫ ਹੋ ਜਾਂਦੀ ਹੈ ਜਦੋਂ ਅਚਾਨਕ ਕੋਈ ਘਾਟਾ ਪੈ ਜਾਂਦਾ ਹੈ ਜਾਂ ਅਚਾਨਕ ਕੋਈ ੱਤਕਾ ਲੱਗਦਾ ਹੈ ਤਾਂ ਉਹਨਾਂ ਦੇ ਚਰਿੱਤਰ ਦਾ ਸਾਰਾ ਠੋਸਪਨ ਫੁੱਟ ਜਾਂਦਾ ਹੈ ਉਹਨਾਂ ਦਾ ਮਨ ਦਾ ਸਾਰਾ ਸੰਤੁਲਨ ਵਿਗੜ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਆਸਥਾਵਾਂ ਟੁੱਟ ਜਾਂਦੀਆਂ ਅਜਿਹਾ ਲੱਗਣ ਲੱਗਦਾ ਹੈ ਕਿ ਇੱਕ ਹੀ ਛਟਕੇ 'ਚ ਇਹ ਆਦਮੀ ਕੀ ਤੋਂ ਕੀ ਹੋ ਗਿਆ ਅਸਲ 'ਚ ਇਸੇ ਦਾ ਨਾਂ ਹਾਰ ਹੈ ਇਹ ਲੋਕ ਮਾਇੂਸੀ ਦੀ ਇਸ ਹੱਦ ਤੱਕ ਇੰਨੀ ਜਲਦੀ ਪਹੁੰਚ ਸਕਦੇ ਆ ਉਹਨਾਂ ਦੇ ਲਈ ਜਿੱਤ ਦੀ ਆਸ ਬਹੁਤ ਥੋੜੀ ਰਹਿ ਜਾਂਦੀ ਹੈ ਇਹਨਾਂ ਦੀ ਤੁਲਨਾ 'ਚ ਤਾਂ ਉਹ ਨਾ ਸਮਝ ਤੇ ਅਨਪੜ ਲੋਕ ਕਿਤੇ ਚੰਗੇ ਐ ਦਿਨਾਂ ਚਰਮਗਠਤਾ ਹੈ ਜਿਨ੍ਹਾਂ ਦੀਆਂ ਰੀੜ ਦੀਆਂ ਹੱਡੀਆਂ ਮਜ਼ਬੂਤ ਹਨ ਜੋ ਆਦਮੀ गिर ਕੇ ਖੜਾ ਨਾ ਹੋ ਸਕੇ ਕਿਸੇ ਵਿਰੋਧ ਦੇ ਸਾਹਮਣੇ ਸੀਨਾ ਤਾਣੀ ਨਾ ਰਹਿ ਸਕੇ ਉਹਦੇ ਮੁਕਾਬਲੇ ਤਾਂ ਇੱਕ ਹੌਸਲੇ ਵਾਲਾ ਅਪਾਹਜ ਆਦਮੀ ਕਿਤੇ ਚੰਗਾ ਸੋਚ ਚਾਹੇ ਜੋ ਹੋ ਜਾਏ ਜਾਂ ਚਾਹੇ ਜੋ ਖੋ ਜਾਏ ਆਪਣੇ ਆਪ ਤੇ ਤੁਹਾਡੀ ਪਕੜ ਮਜ਼ਬੂਤ ਰਹਿਣੀ ਚਾਹੀਦੀ ਹੈ ਯਾਨੀ ਕਿ ਆਪਣੇ ਆਪ ਨੂੰ ਖੋਣ ਨਾ ਦਿਓ ਕਿਉਂਕਿ ਇਹੀ ਤੁਹਾਡਾ ਉਹ ਅਨਮੋਲ ਰਤਨ ਹੈ ਜੋ ਤੁਹਾਨੂੰ ਆਪਣੇ ਸਾਹਾਂ ਤੋਂ ਵੀ ਜ਼ਿਆਦਾ ਪਿਆਰਾ ਹੋਣਾ ਚਾਹੀਦਾ ਹੈ ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਮਨੁੱਖ ਵਿੱਚ ਅਸੀਮ ਸ਼ਕਤੀ ਹੈ ਮਨੁੱਖ ਹਰ ਹਾਰ ਤੋਂ ਉੱਪਰ ਹੁੰਦਾ ਹੈ ਇੱਕ ਵਾਰ ਮੈਂ ਇੱਕ ਤੂਫਾਨ ਦੇ ਬਾਅਦ ਦਾ ਨਜ਼ਾਰਾ ਵੇਖਿਆ ਸਭ ਕੁਝ ਤਬਾਹ ਹੋ ਚੁੱਕਾ ਸੀ ਪੇੜ ਪੌਦੇ ਜੜ੍ਹਾਂ ਤੋਂ ਖੜ ਕੇ ਡਿੱਗੇ ਪਏ ਸੀ ਕਈ ਕੁਝ ਵਹਿ ਚੁੱਕਿਆ ਸੀ ਲੇਕਿਨ ਫੇਰ ਵੀ ਕੁਝ ਦ੍ਰਿਖਤ ਅਜੇ ਦਿਖੇ ਜੋ ਜੀਵ ਦੇ ਤਿਓਂ ਖੜੇ ਸਨ ਇੱਕਾ ਦੁੱਕਾ ਇਮਾਰਤਾਂ ਵੀ ਐਸੀਆਂ ਨਜ਼ਰ ਆਈਆਂ ਜਿਨ੍ਹਾਂ ਨੂੰ ਤੂਫਾਨ ਵਹਾ ਨਹੀਂ ਸਕਿਆ ਇਹ ਚੰਦ ਦਰਖਤ ਇਹ ਚੰਦ ਮਕਾਨ ਤੂਫਾਨ ਦੇ ਸਾਹਮਣੇ ਡਟੇ ਰਹੇ ਤਾਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਜਿਨ੍ਹਾਂ 'ਚ ਤੂਫਾਨ ਨੂੰ ਹਰਾ ਸਕਣ ਦੀ ਤਾਕਤ ਹੁੰਦੀ ਹੈ ਉਹ ਨਾ ਤਾਂ ਕਦੇ ਟੁੱਟ ਸਕਦੇ ਹੈ ਨਾ ਹਾਰ ਸਕਦੇ ਹੈ ਸਾਰੀਆਂ ਰੁਕਾਵਟਾਂ ਹਨੇਰੀਆਂ ਤੂਫਾਨ ਕਮਜ਼ੋਰਾਂ ਨੂੰ ਵੀ ਕਮਜ਼ੋਰਾਂ ਨੂੰ ਹੀ ਤਬਾਹ ਕਰਦੇ ਐ ਸ਼ਕਤੀਸ਼ਾਲੀਆਂ ਨੂੰ ਤਾਂ ਬਲਕਿ ਇਹਨਾਂ ਚੀਜ਼ਾਂ ਤੋਂ ਹੋਰ ਜ਼ਿਆਦਾ ਸ਼ਕਤੀ ਪ੍ਰਾਪਤ ਹੁੰਦੀ ਹੈ ਹਾਰ ਆਖਰ ਕੀ ਹੈ ਹਾਰ ਕੁਝ ਨਹੀਂ ਹੁੰਦੀ ਕਿਸੇ ਵੀ ਜਿੱਤ ਦੇ ਪਹਿਲੇ ਕੁਝ ਚਰਨਾਂ ਨੂੰ ਹਾਰ ਦਾ ਨਾਮ ਮਿਲ ਜਾਂਦਾ ਹੈ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਹਾਰ ਹੋ ਜਾਂਦੇ ਐ ਉਹਨਾਂ ਦੇ ਜੀਵਨ ਦਾ ਇਤਿਹਾਸ ਚੁੱਕ ਕੇ ਦੇਖ ਲਓ ਸਭ ਪਤਾ ਚੱਲੇਗਾ ਕਿ ਸ਼ੁਰੂ-ਸ਼ੁਰੂ ਚ ਕਈ ਵਾਰ ਹਾਰੇ ਸੀ ਤਜੋ ਵਿਅਕਤੀ ਕਦੇ ਜ਼ਿੰਦਗੀ ਚ ਹਾਰਿਆ ਹੀ ਨਹੀਂ ਉਹਨੂੰ ਜਿੱਤ ਦਾ ਅਸਲੀ ਮਜ਼ਾ ਆ ਵੀ ਨਹੀਂ ਸਕਦਾ ਹਾਰ ਚ ਕੁਝ ਐਸੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੀ ਮਿੱਟੀ ਚ ਨਵੇਂ ਨਿਸ਼ਚੇ ਭਰ ਜਾਂਦੀ ਹੈ ਇਸੇ ਨਾਲ ਉਹਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਆਪਣੀਆਂ ਚੰਗੀਆਂ ਤੋਂ ਚੰਗੀਆਂ ਖੂਬੀਆਂ ਨੂੰ ਉਜਾਗਰ ਕਰ ਪਾਉਣ ਦਾ ਮੌਕਾ ਪ੍ਰਾਪਤ ਹੁੰਦਾ ਹੈ ਛੋਟਪਟ ਹਾਰਾਂ ਦੇ ਬਾਅਦ ਹੀ ਮਨੁੱਖ ਆਪਣੀ ਅਸਲੀ ਸਥਿਤੀ ਨੂੰ ਪਛਾਣ ਪਾਉਂਦਾ ਹੈ ਆਪਣੀ ਅਸਲੀ ਤਾਕਤ ਦਾ ਉਹਨੂੰ ਪਤਾ ਚੱਲਦਾ ਹੈ ਵਰਨਾ ਉਹ ਤੋਂ ਪਹਿਲਾਂ ਤਾਂ ਉਹ ਖੂਦ ਏ ਡੱਡੂ ਦੀ ਤਰ੍ਹਾਂ ਹੁੰਦਾ ਹੈ ਜਾਂ ਉਸ ਘੋੜੇ ਦੀ ਤਰ੍ਹਾਂ ਜੋ ਕਦੇ ਭੱਜਿਆ ਹੀ ਨਹੀਂ ਤੇ ਬਰਾਬਰ ਆਪਣੇ ਆਪ ਨੂੰ ਆਪਣੇ ਮਾਲਿਕ ਦਾ ਗੁਲਾਮ ਸਮਝਦਾ ਰਹਿੰਦਾ ਹੈ। ਜ਼ਿਆਦਾਤਰ ਲੋਕ ਆਪਣੇ ਆਪ ਨੂੰ ਉਦੋਂ ਤੱਕ ਪਹਿਚਾਨ ਨਹੀਂ ਪਾਉਂਦੇ ਜਦ ਤੱਕ ਕਿ ਬਰਬਾਦੀਆਂ ਨਾਲ ਦੋ ਚਾਰ ਨਾ ਹੋਣ। ਉਹਨਾਂ ਨੂੰ ਇਹ ਵੀ ਪਤਾ ਨਹੀਂ ਚੱਲ ਪਾਉਂਦਾ ਕਿ ਆਪਣੇ ਅੰਦਰ ਜਮਾ ਸ਼ਕਤੀਆਂ ਦਾ ਉਪਯੋਗ ਕਿਵੇਂ ਕੀਤਾ ਜਾਏ। ਇਸੇ ਕਰਕੇ ਤਾਂ ਕਹਿੰਦੇ ਆ ਕਿ ਮੁਸੀਬਤਾਂ ਮਨੁੱਖ ਦੀਆਂ ਸਭ ਤੋਂ ਵੱਡੀਆਂ ਸਿੱਖਿਆਖਣ। ਜਿਨ੍ਹਾਂ ਨਾਲੋ ਜੀਵਨ ਦੇ ਔਖੇ ਹਾਲਾਤ ਦਾ ਸਾਹਮਣਾ ਕਰਨਾ ਸਿੱਖਦਾ ਹੈ ਨਾ ਤਾਂ ਹੀ ਉਹਨੂੰ ਮਾਲੂਮ ਹੁੰਦਾ ਹੈ ਕਿ ਉਸ ਵਿੱਚ ਇਹਨਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ ਐਸ਼ੋ ਆਰਾਮ ਦੀ ਜ਼ਿੰਦਗੀ ਬਤਾਉਂਦੇ ਹੋਏ ਉਹਨੂੰ ਕਦੇ ਪਤਾ ਹੀ ਨਹੀਂ ਚੱਲ ਸਕਦਾ ਕਿ ਉਹ ਕਿੰਨਾ ਸਮਰੱਥਾवान ਹੈ ਮੇਰੀ ਇੱਕ ਵਕਫ ਔਰਤ ਹੈ ਜੋ ਕਦੇ ਬੜੀ ਅਮੀਰ ਘਰਾਣੇ ਦੀ ਲੜਕੀ ਸੀ ਹਰ ਤਰ੍ਹਾਂ ਦੀ ਸੁਵਿਧਾ ਘਰ 'ਚ ਮੌਜੂਦ ਸੀ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਕੀਤੀ ਤੇ ਨਾ ਹੀ ਅਜਿਹੀ ਕੋਈ ਸੰਭਾਵਨਾ ਸੀ ਕਦੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਉਹਨੇ ਕਦੇ ਇਸ ਪਹਿਲੂ ਉੱਤੇ ਸੋਚਿਆ ਤੱਕ ਨਹੀਂ ਸੀ ਲੇਕਿਨ ਅਚਾਨਕ ਇੱਕ ਦਿਨ ਉਹਦੇ ਪਿਤਾ ਦੀ ਮੌਤ ਹੋ ਗਈ ਸਾਰਾ ਵਪਾਰ ਠੱਪ ਹੋ ਗਿਆ ਹੋਇਆ ਇਹ ਕਿ ਘਰ ਚ ਵੱਡੀ ਹੋਣ ਦੇ ਨਾਤੇ ਸਾਰੇ ਛੋਟੇ ਭੈਣ ਭਾਈ ਤੇ ਵਿਧਵਾ ਮਾਂ ਦੇ ਭਰਨ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਹਦੇ ਮੋਢਿਆਂ ਤੇ ਆ ਪਈ ਅੱਜ ਮੈਂ ਦੇਖ ਰਿਹਾ ਕਿ ਉਹ ਨਾਜ਼ਾਂ ਨਾਲ ਪਲੀ ਲੜਕੀ ਕਿਸ ਤਰ੍ਹਾਂ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ ਉਹ ਨਾ ਸਿਰਫ ਆਪਣੇ ਪੈਰਾਂ ਤੇ ਖੜੀ ਹੈ ਬਲਕਿ ਕਈ ਹੋਰ ਪ੍ਰਾਣੀਆਂ ਨੂੰ ਵੀ ਪਾਲ ਰਹੀ ਹੈ ਕਦੇ-ਕਦੇ ਉਹ ਖੁਦ ਹੈਰਾਨ ਹੁੰਦੀ ਹੈ ਕਿ ਇੰਨੀ ਸਾਰੀ ਸ਼ਕਤੀ ਉਸ ਚ ਕਿੱਥੋਂ ਆ ਗਈ ਜਦ ਕਿ ਉਹਨੇ ਕਦੇ ਕਿਤੋਂ ਨਾ ਤਾਂ ਟ੍ਰੇਨਿੰਗ ਪ੍ਰਾਪਤ ਕੀਤੀ ਸੀ ਨਾ ਕਦੇ ਅਜਿਹਾ ਸੋਚਿਆ ਸੀ ਨਾ ਹੀ ਉਹ ਨਾ ਸਭ ਦੇ ਲਈ ਕਿਸੇ ਵੀ ਤਰ੍ਹਾਂ ਤਿਆਰ ਸੀ ਵਾਸਤਵ ਵਿੱਚ ਸਾਡੀ ਪ੍ਰਕਿਰਤੀ ਚ ਅਜਿਹਾ ਕੁਝ ਹੈ ਜਿਸ ਦੀ ਕਿ ਸ਼ਾਇਦ ਅਸੀਂ ਵਿਆਖਿਆ ਨਹੀਂ ਕਰ ਸਕਦੇ ਲੇਕਿਨ ਇਹ ਸੁਭਾਵਕ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਸਾਡੇ ਅੰਦਰੋਂ ਪਤਾ ਨਹੀਂ ਕਿਨਾ-ਕਿਨਾ ਖੁੰਝਿਆਂ ਚੋਂ ਛੁਪੀਆਂ ਹੋਈਆਂ ਸ਼ਕਤੀਆਂ ਉੱਭਰ ਕੇ ਬਾਹਰ ਆ ਜਾਂਦੀ ਹੈ ਪੁਚਾਲ ਜਾਂ ਹੋਰ ਦੁਰਘਟਨਾਵਾਂ ਦੇ ਸਮੇਂ ਕਮਜ਼ੋਰ ਤੇ ਅਪਾਹਜ ਲੋਕ ਵੀ ਐਸੇ-ਐਸੇ ਸਾਹਸਪੂਰਨ ਕੰਮ ਕਰ ਗੁਜ਼ਰਦੇ ਹੈ ਕਿ ਸੁਣ ਕੇ ਹੈਰਾਨੀ ਹੁੰਦੀ ਹੈ ਸਧਾਰਨ ਜੀਵਨ 'ਚ ਅਸੀਂ ਆਪਣੀਆਂ ਜਿਹਨਾਂ ਸ਼ਕਤੀਆਂ ਨੂੰ ਗਿਣਦੇ ਹੀ ਨਹੀਂ ਕਿਉਂਕਿ ਅਸੀਂ ਉਹਨਾਂ ਨਾਲ ਵਾਕਿਫ ਨਹੀਂ ਹੁੰਦੇ ਉਹੀ ਸ਼ਕਤੀਆਂ ਅਸਾਧਾਰਨ ਹਾਲਤ ਵਿੱਚ ਸਾਡੀਆਂ ਸਭ ਤੋਂ ਵੱਡੀਆਂ ਸਹਾਇਕ ਸਿੱਧ ਹੁੰਦੀ ਹੈ ਤੇ ਜੋ ਵਿਅਕਤੀ ਇਹਨਾਂ ਸ਼ਕਤੀਆਂ ਨੂੰ ਪਹਿਚਾਨ ਲੈਂਦਾ ਹੈ ਉਹਦੇ ਸਾਹਮਣੇ ਹਾਰ ਨਾ ਦੀ ਚੀਜ਼ ਨਿਗੂਣੀ ਹੋ ਜਾਂਦੀ ਹੈ ਕਿਉਂਕਿ ਅਜਿਹੀਆਂ ਸ਼ਕਤੀਆਂ ਨੂੰ ਪਹਿਚਾਨ ਚੁੱਕਿਆ ਵਿਅਕਤੀ ਆਪਣੇ ਚਰਿੱਤਰ ਚ ਰਬੜ ਦੀ ਗੇਂਦ ਜਈ ਸ਼ਕਤੀ ਉਤਪਨ ਕਰ ਲੈਂਦਾ ਹੈ ਜਿਹੜੀ ਜਿੰਨੀ ਜ਼ੋਰ ਦੀ ਪਟਕੀ ਜਾਂਦੀ ਹੈ ਉੰਨੀ ਜ਼ੋਰ ਨਾਲ ਉੱਪਰ ਉੱਚਲਦੀ ਹੈ ਜੀਵਨ ਵਿੱਚ ਕਈ ਮੌਕੇ ਅਜਿਹਾ ਆਉਂਦੇ ਹਨ ਜਦੋਂ ਕਿ ਅਸੀਂ ਕੁਝ ਕਠਿਨਾਈਆਂ 'ਚ ਕਿਰ ਜਾਂਦੇ ਆ ਇਹ ਸੋਚਣ ਲੱਗਦੇ ਆ ਕਿ ਹੁਣ ਇਹਨਾਂ ਤੋਂ छुटਕਾਰਾ ਨਹੀਂ ਮਿਲ ਸਕੇਗਾ ਉਹ ਸਮੇਂ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਸਾਡੀਆਂ ਮਹੱਤਵ ਕਾਖਿਆਵਾਂ ਮਿੱਟੀ 'ਚ ਮਿਲ ਜਾਣਗੀਆਂ ਅਸੀਂ ਬਰਬਾਦ ਹੋ ਜਾਾਂਗੇ ਲੇਕਿਨ ਜਿਉਂ-ਜਿਉਂ ਸੀ ਉਹਨਾਂ ਹਾਲਾਤ ਦੇ ਵਿੱਚ ਅੱਗੇ ਵਧਦੇ ਰਹਿਣੇ ਆ ਯਾਨੀ ਉਹਨਾਂ ਨਾਲ ਜੂਝਦੇ ਹੋਏ ਚੱਲਦੇ ਜਾਂਦੇ ਆ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਦੀ ਨਿਰਾਸ਼ਾ ਦੀ ਧੁੰਦ ਛੱਟਦੀ ਚਲੀ ਜਾਂਦੀ ਹੈ ਸਾਨੂੰ ਇਹਨਾਂ ਸਾਰੀਆਂ ਹਾਰਾਂ ਦੇ ਵਿੱਚੋਂ ਜਿੱਤ ਦਾ ਮਾਰਗ ਦਿਖਾਈ ਦੇਣ ਲੱਗਦਾ ਹੈ ਖੁਦ ਮੇਰੇ ਜੀਵਨ 'ਚ ਅਜੇ ਕਈ ਮੋੜ ਆਏ ਜਦੋਂ ਮੈਨੂੰ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਇਆ ਮੈਂ ਬੁਰੀ ਤਰ੍ਹਾਂ ਨਿਰਾਸ਼ਾ ਦੇ ਕੋਰੇ 'ਚ गिर ਗਿਆ ਲੇਕਿਨ ਫਿਰ ਪਤਾ ਨਹੀਂ ਕਿੱਥੋਂ ਕਿਵੇਂ ਤੇ ਕਿਸ ਸ਼ਕਤੀ ਦੇ ਦੁਆਰਾ ਮੈਂ ਸਾਰਾ ਘੇਰਾ ਤੋੜ ਕੇ ਅੱਗੇ ਵਧ ਆਇਆ ਆਣ ਆਈਆਂ ਮੁਸੀਬਤਾਂ ਦੀ ਚਿੰਤਾ ਕਰਨਾ ਛੱਡ ਕੇ ਜੋ ਮੁਸੀਬਤਾਂ ਸਾਹਮਣੇ ਹਨ ਉਨ੍ਹਾਂ ਦਾ ਮੁਕਾਬਲਾ ਕਰਨਾ ਤੇ ਪੂਰੇ ਨਿਸ਼ਚੇ ਨਾਲ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਹੀ ਇੱਕਮਾਤਰ ਜਿਆ ਉਪਾਅ ਹੈ ਜਿਸ ਦੇ ਮਾਧਿਅਮ ਨਾਲ ਤੁਸੀਂ ਹਾਰਾਂ ਨੂੰ ਹਰਾ ਸਕਦੇ ਹੋ ਧੰਨਵਾਦ